ਦੇਖੋ ਜੀ, ਇਹ ਜਿਹੜਾ ਬੰਦਾ ਹੈ ਨਾ ਸੁਖਪਾਲ ਕਹਿ ਰਿਹਾ, ਇਜ਼ ਅ ਕਿੰਗ ਪਿਨ ਆਫ ਲੈਂਡ ਮਾਫੀਆ। 1947 ਅਤੇ ਜਿਹੜਾ 1984 ਆ, ਇਹ ਇੱਦਾਂ ਦੇ ਦੋ ਕ੍ਰਾਈਸਿਸ ਆ ਪੰਜਾਬ ਦੀ ਹਿਸਟਰੀ 'ਚ ਜਿਹਦੇ ਵਿੱਚ ਬਹੁਤ ਦੁਖਾਂਤ ਜੁੜੇ ਹੋਏ ਉਹਦੇ ਨਾਲ। ਬਟ ਉਹ ਦੁਖਾਂਤ ਦੇ ਵਿੱਚ ਜਿਹੜੇ ਇਹੋ ਜਿਹੇ ਬੰਦੇ ਆ ਸੁਖਪਾਲ ਖਹਿਰਾ ਵਰਗੇ ਓਪਰਚੁਨਿਸਟ, ਉਹ ਉਹਨਾਂ ਦੇ ਪਰਿਵਾਰ ਨੇ ਕਈ ਗਲਤ ਫਾਇਦੇ ਲਏ ਆ। ਪਹਿਲਾ ਫਰੋਡ ਇਹ ਕਰ ਲਿਆ ਕਿ ਸੈਂਟਰ ਗਵਰਨਮੈਂਟ ਦੀ ਜ਼ਮੀਨ ਆਪਣੇ ਨਾਂ ਕਰਾ ਲਈ, ਉਹ ਗਲਤ ਕੀਤਾ। ਇੱਕ ਕਿਸੇ ਮਰੇ ਹੋਏ ਬੰਦੇ ਦੇ ਜਿਹਦੇ ਕੋਈ ਵਾਰਸ ਨਹੀਂ, ਉਹਦੇ ਜਾਅਲੀ ਵਾਰਸ ਖੜ੍ਹੇ ਕਰਕੇ ਪ੍ਰੋਪਰਟੀ ਉਹਨਾਂ ਦੇ ਨਾਂ 'ਤੇ ਕਰਾ ਲਈ। ਦੂਜਾ ਤੀਜਾ ਜਿਹੜਾ ਆ ਕਿ ਇਹ ਜਿਹੜਾ ਇਹਨਾਂ ਨੇ ਆਪਣੇ ਇਲੈਕਸ਼ਨ ਐਫੀਡੇਟ, ਮਤਲਬ ਇਲੈਕਸ਼ਨ ਕਮਿਸ਼ਨ ਨੂੰ ਵੀ ਧੋਖਾ ਦਿੱਤਾ। ਫਿਰ ਚੌਥਾ ਧੋਖਾ ਜਿਹੜਾ ਲੋਕਾਂ ਨੂੰ ਦਿੱਤਾ, ਜਿਹੜਾ 2018 ਦੇ ਵਿੱਚ ਉਹ ਪੈਲੀ ਉਹਨਾਂ ਨੂੰ ਵੇਚਤੀ, ਕਿਉਂਕਿ ਇਹ ਪੈਲੀ ਦੇ ਮਾਲਕ ਹੀ ਨਹੀਂ ਸੀਗੇ। ਇਹ ਆਦਮਪੁਰ ਦੀ ਪ੍ਰੋਪਰਟੀ ਹੈ, ਸ਼ਹਿਰੀ ਜ਼ਮੀਨ ਆ, ਇਹਦੀ ਕੋਸਟ ਜਿਹੜੀ ਹੈ ਕਰੋੜਾਂ ਦੇ ਵਿੱਚ ਹੈ, ਬਹੁਤ ਮਹਿੰਗੀ ਹੈ। ਸੁਖਪਾਲ ਖਹਿਰਾ 1995 ਦੇ ਵਿੱਚ ਇੱਕ ਮੁਖਤਿਆਰਨਾਮਾ ਸਾਈਨ ਕਰ ਲੈਂਦੇ ਉਹਨਾਂ ਬੰਦਿਆਂ ਦੇ ਨਾਲ ਹੀ ਕਿ ਆਹ ਵਾਲੀ ਪ੍ਰੋਪਰਟੀ ਜਿਹੜੀ ਹੈ ਮੈਨੂੰ ਵੇਚਣਗੇ। ਉਹ ਅਲੋਟਮੈਂਟ ਜਿਹੜੀ ਪਾਕਿਸਤਾਨ ਤੋਂ ਇੱਕ ਬੰਦਾ ਸੰਤੋਖ ਸਿੰਘ ਆ, ਉਹਨੇ ਪਾਰਟੀਸ਼ਨ ਤੋਂ ਬਾਅਦ ਇੱਧਰ ਮਾਈਗ੍ਰੇਟ ਕਰਨਾ ਸੀਗਾ, ਉਹਦੀ ਪੈਂਡਿੰਗ ਅਲੋਟਮੈਂਟ ਚੱਲਦੀ ਸੀਗੀ ਜ਼ਮੀਨ ਦੀ। ਉਹ ਜ਼ਮੀਨ ਦੀ ਜਿਹੜੀ ਪੈਂਡਿੰਗ ਅਲੋਟਮੈਂਟ ਆ, ਉਹਦਾ ਤਾਂ ਬੰਦ ਅੱਗੇ ਵਾਰਸ ਹੀ ਕੋਈ ਨਹੀਂ ਸੀਗਾ, ਉਹਦਾ ਬੱਚਾ ਵੀ ਨਹੀਂ ਕੋਈ ਵੀ ਨਹੀਂ ਸੀਗਾ। ਤਹਿਸੀਲਦਾਰ ਆਪ ਲਿਖਦਾ, ਉਹਨੇ ਕਲਮ ਬੰਦ ਕੀਤਾ, ਤਾਂ ਉਹਦੇ ਜਾਅਲੀ ਵਾਰਸ ਸੁਖਪਾਲ ਖਹਿਰਾ ਦੇ ਜਿਹੜੇ ਕਰਿੰਦੇ, ਉਹ ਬਣ ਕੇ ਉਹਨਾਂ ਦੇ ਵਾਰਸ, ਉਹ ਪ੍ਰੋਪਰਟੀ ਆਪਣੇ ਨਾਂ 'ਤੇ ਕਰਾ ਲੈਂਦੇ ਆ। ਉਹ 84 ਵਾਲਾ ਵੇਲਾ ਚੱਲਦਾ ਸੀਗਾ, ਉਦੋਂ ਕੀ ਹੁੰਦਾ ਸੀ, ਮੰਨ ਕੇ ਚੱਲੋ ਕਿ ਇਹਦੇ ਫਾਦਰ ਦੇ ਟਾਈਮ 'ਤੇ ਇੰਨੀ ਪਾਵਰ ਸੀ ਇਹਨਾਂ ਦੇ ਪਰਿਵਾਰ ਕੋਲ ਕਿ ਇਹਨਾਂ ਨੂੰ ਇਹ ਕੋਈ ਬੰਦਾ ਨਾ ਰਾਤ ਤੁਰਿਆ ਜਾਂਦਾ ਪਸੰਦ ਆਵੇ, ਅਤੇ ਇਹਦੇ ਕਹਿਣ ਕਿ ਆ ਸਵੇਰੇ ਦਿਖਣਾ ਨਹੀਂ ਚਾਹੀਦਾ, ਅਤੇ ਉਹ ਨਹੀਂ ਦੇਖਦਾ ਸੀਗਾ। ਕਾਰਨ ਇਹ ਕਿ ਉਹਨੂੰ ਖਾਤੇ 'ਚ ਪਾ ਦੇਣਾ ਕਿ ਵੀ ਅਨਕਾਊਂਟਰ 'ਚ ਮਾਰਿਆ ਗਿਆ, ਫਲਾਣਾ ਕਰਤਾ, ਇੱਦਾਂ ਦੇ ਧੱਕੇ ਬਹੁਤ ਕੀਤੇ। ਪੰਜਾਬ ਆਪਣੇ ਹੱਕ ਮੰਗਦਾ ਸੀਗਾ, ਪਾਣੀ ਦੇ ਹੱਕ ਮੰਗਦਾ ਸੀ। ਇੱਕ ਰਾਜੀਵ ਲੌਂਗੋਵਾਲ ਪੈਕਟ ਸਾਈਨ ਹੋਇਆ ਸੀਗਾ, ਉਹਦੇ ਵਿੱਚ ਉਹ ਮੁੱਦੇ ਸਾਰੇ ਹਾਈਲਾਈਟ ਕੀਤੇ ਹੋਏ ਸੀ ਕਿ ਪੰਜਾਬ ਕੀ ਚਾਹੁੰਦਾ ਹੈ, ਕਿ ਤੁਸੀਂ ਜਦੋਂ ਆਜ਼ਾਦੀ ਮਿਲੀ ਸੀ ਦੇਸ਼ ਨੂੰ ਤਾਂ ਪੰਜਾਬ ਦੇ ਆਹ ਚੀਜ਼ਾਂ ਤੁਸੀਂ ਵਾਅਦੇ ਕੀਤੇ ਸੀ, ਉਹ ਵਾਅਦੇ ਪੂਰੇ ਕਰੋ। ਪਰ ਇਹਦੇ ਫਾਦਰ ਨੇ ਲਿਆ ਕੇ ਵਿੱਚ ਇੱਕ ਨਵਾਂ ਕਨਸੈਪਟ ਵਾੜਿਆ, ਉਹ ਕਨਸੈਪਟ ਵਾੜ ਕੇ ਲੋਕਾਂ ਦੇ ਬੱਚਿਆਂ ਨੂੰ ਬੜੇ ਭੜਕੀਲੇ ਭਾਸ਼ਣ ਦੇ ਕੇ ਉਹਨਾਂ ਨੂੰ ਹਥਿਆਰ ਫੜਵਾ ਤੇ, ਉਹ ਮਰਨੇ ਲਾਤੇ ਵਿਚਾਰੇ, ਆਪ ਛਾਲ ਮਾਰ ਕੇ ਆਪਣਾ ਮੁੰਡਾ ਬਾਹਰ ਭੇਜੀ ਰੱਖਿਆ। ਜਦੋਂ ਕੋਈ ਮੌਕਾ ਅਜੇ ਸਿਵੇ ਬਲਦੇ ਸੀ ਪੰਜਾਬ ਦੇ ਵਿੱਚ ਬੱਚਿਆਂ ਦੇ, ਅਤੇ ਇਹਨਾਂ ਨੇ ਆਪਣਾ ਮੁੰਡਾ ਜਿਹੜਾ ਆ ਕਾਂਗਰਸ 'ਚ ਸ਼ਾਮਲ ਕਰਾ ਲਿਆ। ਅੱਜ ਟਰੂਸਕੂਪ ਦੇ ਸਟੂਡੀਓ 'ਚ ਹੀ ਸਾਡੇ ਕੋਲ ਇੱਕ ਮਹਿਮਾਨ ਆ ਬੈਠੇ ਨੇ, ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਸਾਡੇ ਨਾਲ ਬੈਠੇ ਨੇ, ਚੰਡੀਗੜ੍ਹ ਤੋਂ ਆਏ ਨੇ ਅਤੇ ਬਹੁਤ ਵੱਡੀ ਐਲੀਗੇਸ਼ਨਸ ਲਾ ਰਹੇ ਨੇ MLA ਸੁਖਪਾਲ ਖਹਿਰਾ 'ਤੇ, ਅਤੇ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਨਾਲ। ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਜਨਤਾ ਲਈ ਤੁਸੀਂ ਇੱਕ ਵਾਰੀ ਐਕਸਪਲੇਨ ਕਰ ਦਿਓ ਕੀ ਮੈਟਰ ਹੈ ਸਰ। ਜੀ, ਇਹ ਮੈਟਰ ਹੈਗਾ ਆ ਕਿ ਜਿਹੜੇ ਸੁਖਪਾਲ ਖਹਿਰਾ ਆ, ਜਿਹੜੇ MLA ਆ, ਜਿਹੜੇ ਚੇਅਰਮੈਨ ਵੀ ਬਣੇ ਆ ਕਿਸਾਨ ਵਿੰਗ ਦੇ ਕਾਂਗਰਸ ਦੇ ਨੈਸ਼ਨਲ ਲੈਵਲ ਦੇ, ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਆਪ ਜਿਹੜੀ ਪੈਲੀ ਦੱਬੀ ਹੋਈ। ਇਹ ਸਿਰਫ ਇੱਕ ਅੱਜ ਦੀ ਐਗਜ਼ਾਮਪਲ ਦੇਣ ਲੱਗਾ, ਮੈਂ ਅੱਗੇ ਵੀ ਗੱਲ ਕਰਦਾ ਹਾਂ ਕਿ 15 ਅਗਸਤ ਲੰਘ ਕੇ ਹਟੀ ਹੈ, ਆਪਾਂ ਖੁਸ਼ੀ ਮਨਾਉਂਦੇ ਹਾਂ ਕਿ ਦੇਸ਼ ਆਜ਼ਾਦ ਹੋਇਆ, ਬਹੁਤ ਕੁਰਬਾਨੀਆਂ ਪੰਜਾਬ ਨੇ, ਬਹੁਤ ਯੋਗਦਾਨ ਪਾਇਆ, ਕੁਰਬਾਨੀਆਂ ਦਿੱਤੀਆਂ ਪੰਜਾਬ ਨੇ, ਅਤੇ ਫਿਰ ਜਾ ਕੇ ਆਜ਼ਾਦੀ ਮਿਲੀ। ਬਟ 1947 ਅਤੇ ਜਿਹੜਾ 1984 ਆ, ਇਹ ਇੱਦਾਂ ਦੇ ਦੋ ਕ੍ਰਾਈਸਿਸ ਆ ਪੰਜਾਬ ਦੀ ਹਿਸਟਰੀ 'ਚ ਜਿਹਦੇ ਵਿੱਚ ਬਹੁਤ ਦੁਖਾਂਤ ਜੁੜੇ ਹੋਏ ਉਹਦੇ ਨਾਲ। ਬਟ ਉਹ ਦੁਖਾਂਤ ਦੇ ਵਿੱਚ ਜਿਹੜੇ ਇਹੋ ਜਿਹੇ ਬੰਦੇ ਆ ਸੁਖਪਾਲ ਖਹਿਰਾ ਵਰਗੇ ਓਪਰਚੁਨਿਸਟ, ਉਹ ਉਹਨਾਂ ਦੇ ਪਰਿਵਾਰ ਨੇ ਕਈ ਗਲਤ ਫਾਇਦੇ ਲਏ ਆ। ਉਹਦੀ ਉਦਾਹਰਣ ਹੈਗੀ ਇਹ ਆਦਮਪੁਰ ਦੀ ਪ੍ਰੋਪਰਟੀ, ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ। ਇਹ ਆਦਮਪੁਰ ਦੀ ਪ੍ਰੋਪਰਟੀ ਹੈ, ਸ਼ਹਿਰੀ ਜ਼ਮੀਨ ਆ, ਇਹਦੀ ਕੋਸਟ ਜਿਹੜੀ ਹੈ ਕਰੋੜਾਂ ਦੇ ਵਿੱਚ ਹੈ, ਬਹੁਤ ਮਹਿੰਗੀ ਹੈ। ਇਹਨਾਂ ਨੂੰ ਉਹਨਾਂ ਨੇ ਧੋਖਾਧੜੀ ਦੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਨਾਮ 'ਤੇ ਕਰਵਾਇਆ। ਹੁਣ ਮੈਂ ਦੱਸਦਾ ਉਹ ਕਿੱਦਾਂ ਕਰਵਾਇਆ ਜੀ। ਇਹ ਪ੍ਰੋਪਰਟੀ ਜਿਹੜੀ ਹੈ 1956 ਦੇ ਵਿੱਚ ਸੈਂਟਰ ਗਵਰਨਮੈਂਟ ਅਕੁਆਇਰ ਕਰਦੀ ਹੈ ਲੋਕਾਂ ਤੋਂ ਭਾਖੜਾ ਨੰਗਲ ਪ੍ਰੋਜੈਕਟ ਲਈ। ਤਾਂ ਇਹ ਪ੍ਰੋਪਰਟੀ ਜਿਹੜੀ ਹੈ 1996 ਦੇ ਵਿੱਚ ਸੁਖਪਾਲ ਖਹਿਰਾ ਆਪਣੇ ਕਰਿੰਦਿਆਂ ਦੇ ਨਾਮ, ਜਿਹੜੇ ਉਹਨਾਂ ਦੇ ਬੰਦੇ ਆ, ਉਹਨਾਂ ਦੇ ਨਾਮ 'ਤੇ ਅਲੋਟ ਕਰਵਾ ਲੈਂਦੇ ਆ। ਮੈਂ ਕਿਉਂ ਕਹਿ ਰਿਹਾ ਕਿ ਉਹ ਸੁਖਪਾਲ ਖਹਿਰੇ ਦੇ ਹੀ ਕਰਿੰਦੇ ਆ, ਕਿਉਂਕਿ ਸੁਖਪਾਲ ਖਹਿਰਾ 1995 ਦੇ ਵਿੱਚ ਇੱਕ ਮੁਖਤਿਆਰਨਾਮਾ ਸਾਈਨ ਕਰ ਲੈਂਦੇ ਉਹਨਾਂ ਬੰਦਿਆਂ ਦੇ ਨਾਲ ਹੀ ਕਿ ਆਹ ਵਾਲੀ ਪ੍ਰੋਪਰਟੀ ਜਿਹੜੀ ਹੈ ਮੈਨੂੰ ਵੇਚਣਗੇ। ਉਹ ਅਲੋਟਮੈਂਟ ਜਿਹੜੀ ਪਾਕਿਸਤਾਨ ਤੋਂ ਇੱਕ ਬੰਦਾ ਸੰਤੋਖ ਸਿੰਘ ਆ, ਉਹਨੇ ਪਾਰਟੀਸ਼ਨ ਤੋਂ ਬਾਅਦ ਇੱਧਰ ਮਾਈਗ੍ਰੇਟ ਕਰਨਾ ਸੀਗਾ, ਉਹਦੀ ਪੈਂਡਿੰਗ ਅਲੋਟਮੈਂਟ ਚੱਲਦੀ ਸੀਗੀ ਜ਼ਮੀਨ ਦੀ। ਉਹ ਜ਼ਮੀਨ ਦੀ ਜਿਹੜੀ ਪੈਂਡਿੰਗ ਅਲੋਟਮੈਂਟ ਆ, ਉਹਦਾ ਤਾਂ ਬੰਦ ਅੱਗੇ ਵਾਰਸ ਹੀ ਕੋਈ ਨਹੀਂ ਸੀਗਾ, ਉਹਦਾ ਬੱਚਾ ਵੀ ਨਹੀਂ ਕੋਈ ਵੀ ਨਹੀਂ ਸੀਗਾ, ਤਹਿਸੀਲਦਾਰ ਆਪ ਲਿਖਦਾ, ਉਹਨੇ ਕਲਮ ਬੰਦ ਕੀਤਾ। ਤਾਂ ਉਹਦੇ ਜਾਅਲੀ ਵਾਰਸ ਸੁਖਪਾਲ ਖਹਿਰਾ ਦੇ ਜਿਹੜੇ ਕਰਿੰਦੇ, ਉਹ ਬਣ ਕੇ ਉਹਨਾਂ ਦੇ ਵਾਰਸ, ਉਹ ਪ੍ਰੋਪਰਟੀ ਆਪਣੇ ਨਾਂ 'ਤੇ ਕਰਾ ਲੈਂਦੇ ਆ। ਇੱਕ ਤਾਂ ਉਹ ਫਰੋਡ ਕੀਤਾ, ਇੱਕ ਸੈਂਟਰ ਗਵਰਨਮੈਂਟ ਦੀ ਪ੍ਰੋਪਰਟੀ ਅਲੋਟਮੈਂਟ ਨਹੀਂ ਹੋ ਸਕਦੀ, ਉਹ ਫਰੋਡ ਕੀਤਾ। ਇੱਕ ਇਹਨਾਂ ਨੇ ਸਿਆਸੀ ਰਸੂਖ ਵਰਤ ਕੇ ਕਿ ਜਿਹੜੀ ਜ਼ਮੀਨ ਆ ਜਿਹੜੀ ਅਰਬਨ ਏਰੀਆ ਦੇ ਵਿੱਚ ਅਲੋਟ ਨਹੀਂ ਹੋ ਸਕਦੀ ਸੀਗੀ, ਅਤੇ ਇੱਕ ਨਾਲੇ ਇਹਨਾਂ ਨੇ ਪਲੈਨਡ ਅਲੋਟਮੈਂਟ ਕਰਾਈ,
ਜਿੱਦਾਂ ਉਦਾਹਰਨ ਦੇਣੀ ਚਾਹੁੰਦਾ ਸੀ, ਮੰਨ ਲਓ ਕਿ ਦੋ ਪਾਕਿਸਤਾਨ ਦੇ ਵਿੱਚ ਭਰਾ ਰਹਿੰਦੇ, ਉਹਨਾਂ ਦੋਨਾਂ ਨੂੰ ਅਲੋਟਮੈਂਟ ਹੁੰਦੀ, ਇੱਕ ਨੂੰ ਮਾਨਸਾ ਦੇ ਕਿਸੇ ਪਿੰਡ 'ਚ ਹੋ ਜਾਂਦੀ, ਇੱਕ ਨੂੰ ਚੰਡੀਗੜ੍ਹ 10 ਕਿੱਲੇ ਹੋ ਜਾਂਦੀ, ਪਰ ਦੋਨਾਂ ਦੇ ਜਿਹੜੇ ਫਾਈਨੈਂਸ਼ੀਅਲ ਸਿਸਟਮ ਹੈ ਉਹ ਸੇਮ ਨਹੀਂ ਰਹਿਣੇ, ਇਸ ਕਰਕੇ ਅਲੋਟਮੈਂਟ ਕਦੀ ਵੀ ਸ਼ਹਿਰੀ ਥਾਂ 'ਤੇ ਨਹੀਂ ਹੁੰਦੀ, ਸ਼ਹਿਰੀ ਥਾਂ 'ਤੇ ਗਲਤ ਅਲੋਟਮੈਂਟ ਹੋਈ। ਅਸੀਂ ਇਹਦੇ ਉੱਤੇ ਪੀ ਸੀ ਕੀਤੀ ਚੰਡੀਗੜ੍ਹ ਦੇ ਵਿੱਚ, ਤਾਂ ਇਹਨਾਂ ਨੇ ਅੱਗੋਂ ਜਵਾਬ ਦਿੱਤਾ ਕਿ ਜੀ ਫਰਦ ਜਾਲੀ ਹੈ, ਤਾਂ ਅਸੀਂ ਉਹਦੇ ਜਵਾਬ ਦੇ ਵਿੱਚ ਮੋਹਰ ਲੱਗੀ ਹੋਈ ਡਿਪਾਰਟਮੈਂਟ ਦੀ ਜਿਹੜੀ ਫਰਦ ਆ ਉਹ ਲੈ ਕੇ ਆਏ ਹਾਂ। ਆਹ ਤੁਸੀਂ ਦੇਖ ਸਕਦੇ ਹਾਂ ਇੱਥੇ ਸਟੈਂਪ ਲੱਗੀ ਹੈ ਡਿਪਾਰਟਮੈਂਟ ਦੀ। ਕੈਮਰੇ 'ਚ ਦਿਖਾਉਣਾ ਚਾਹਾਂ ਕਿ ਆਹ ਕਾਗਜ਼ ਨੇ, ਇਹਨਾਂ 'ਤੇ ਸਟੈਂਪ ਲੱਗੀ ਹੋਈ ਆ, ਠੀਕ ਹੈ, ਆਹ ਦਿਖਾ ਰਹੇ ਨੇ। ਇਸ ਪਦ ਦੇ ਵਿੱਚ ਤੁਸੀਂ ਦੇਖ ਸਕਦੇ ਹਾਂ ਕਿ ਆਹ ਨਾਮ ਲਿਖਿਆ ਸੁਖਪਾਲ ਸਿੰਘ ਖਹਿਰਾ, ਪੁੱਤਰ ਸੁਖਜਿੰਦਰ ਸਿੰਘ। ਤਾਂ ਇਹਨਾਂ ਨੂੰ ਜਦੋਂ ਹੀ ਪਤਾ ਲੱਗ ਗਿਆ ਕਿ ਕਿਤੇ ਨਾ ਕਿਤੇ ਤਾਂ ਗੱਲ ਹੁਣ ਜਦੋਂ ਬਿੱਲੀ ਥੈਲੇ 'ਚੋਂ ਬਾਹਰ ਆ ਗਈ, ਉਹ ਗੱਲ ਬਾਹਰ ਆ ਗਈ, ਹੁਣ ਮੰਨਣਾ ਤਾਂ ਪੈਣਾ, ਅਤੇ ਇਹਨਾਂ ਨੇ ਕਿਸੇ ਚੈਨਲ 'ਤੇ ਕਨਫੈਸ ਕਰ ਲਿਆ ਕਿ ਮੈਂ 1995 ਦੇ ਵਿੱਚ ਇਹ ਪੈਲੀ ਲਈ ਸੀ, 2018 'ਚ ਵੇਚਤੀ, ਮੰਨ ਲਿਆ। ਹੁਣ ਇਹਨਾਂ ਜੇ ਇਹ ਮੰਨ ਲਿਆ ਤਾਂ ਫਿਰ ਇਸ ਚੀਜ਼ ਦਾ ਅੱਗੋਂ ਹੋਰ ਫਸ ਜਾਂਦੇ ਇਸ ਗੱਲ ਦੇ ਵਿੱਚ ਕਿ ਇਹ ਸਾਨੂੰ ਇਹ ਜਵਾਬ ਦੇਣ ਕਿ ਆਹ ਇਹਨਾਂ ਦੇ ਇਲੈਕਸ਼ਨ ਐਫੀਡੇਵਿਟਸ ਦਾ ਰਿਕਾਰਡ ਆ। ਇਹਨਾਂ ਨੇ 1997 'ਚ ਪਹਿਲਾ ਇਲੈਕਸ਼ਨ ਲੜਿਆ ਸੀਗਾ, ਅਤੇ 1997, 2002, 2007, 2012 ਅਤੇ 2017 ਪੰਜ ਇਲੈਕਸ਼ਨ ਹੋ ਗਏ, ਪੰਜ ਇਲੈਕਸ਼ਨ ਐਫੀਡੇਵਿਟ ਅਤੇ ਉਹਨਾਂ ਦੀ ਆਹ ਕਾਪੀਆਂ ਪਈਆਂ ਆ। ਇਹ 'ਚ ਤੁਸੀਂ ਕਿਤੇ ਵੀ ਦੇਖ ਸਕਦੇ ਹਾਂ ਕਿਤੇ ਵੀ ਜ਼ਿਕਰ ਨਹੀਂ ਕੀਤਾ ਆਦਮਪੁਰ ਦੀ ਪੈੜੀ ਦਾ, ਮਤਲਬ ਕੋਈ ਪਹਿਲਾਂ ਫਰੋਡ ਇਹ ਕਰ ਲਿਆ ਕਿ ਸੈਂਟਰ ਗੌਰਮੈਂਟ ਦੀ ਜ਼ਮੀਨ ਆਪਣੇ ਨਾਂ ਕਰਾ ਲਈ, ਉਹ ਗਲਤ ਕੀਤਾ। ਇੱਕ ਕਿਸੇ ਮਰੇ ਹੋਏ ਬੰਦੇ ਦੇ ਜਿਹਦੇ ਕੋਈ ਵਾਰਸ ਨਹੀਂ ਉਹਦੇ ਜਾਅਲੀ ਵਾਰਸ ਖੜ੍ਹੇ ਕਰਕੇ ਪ੍ਰੋਪਰਟੀ ਉਹਨਾਂ ਦੇ ਨਾਂ 'ਤੇ ਕਰਾ ਲਈ। ਦੂਜਾ ਤੀਜਾ ਜਿਹੜਾ ਆ ਕਿ ਇਹ ਜਿਹੜਾ ਇਹਨਾਂ ਨੇ ਆਪਣੇ ਇਲੈਕਸ਼ਨ ਐਫੀਡੇਟ, ਮਤਲਬ ਇਲੈਕਸ਼ਨ ਕਮਿਸ਼ਨ ਨੂੰ ਵੀ ਧੋਖਾ ਦਿੱਤਾ। ਫਿਰ ਚੌਥਾ ਧੋਖਾ ਜਿਹੜਾ ਲੋਕਾਂ ਨੂੰ ਦਿੱਤਾ, ਜਿਹੜਾ 2018 ਦੇ ਵਿੱਚ ਉਹ ਪੈੜੀ ਉਹਨਾਂ ਨੂੰ ਵੇਚਤੀ, ਕਿਉਂਕਿ ਇਹ ਪੈੜੀ ਦੇ ਮਾਲਕ ਹੀ ਨਹੀਂ ਸੀਗੇ। ਹੁਣ ਇਹ ਸਾਰੀ ਸੀਰੀਜ਼ ਦੇ ਵਿੱਚ ਇੱਕ ਹੋਰ ਚੀਜ਼ ਬੜੀ ਦੇਖਣ ਲਾਇਕ ਹੈ ਕਿ 1996 ਦੇ ਵਿੱਚ ਜਿਹੜਾ ਆ ਅਲੋਟਮੈਂਟ ਹੁੰਦੀ, ਉਹ ਤੋਂ ਇੱਕ ਸਾਲ ਪਹਿਲਾਂ ਇਹ ਮੁਖਤਿਆਰਨਾਮਾ ਸਾਈਨ ਕਰ ਲਿਆ, ਮਤਲਬ ਇਹਨਾਂ ਨੂੰ ਪਤਾ ਸੀਗਾ ਇਹ ਭਾਗੀਦਾਰ ਸੀਗੇ। ਅਤੇ 97 ਦੇ ਵਿੱਚ ਜਿਹੜਾ ਸੁਪਰਵਾਈਜ਼ਰ ਇੰਜੀਨੀਅਰ ਸੀਗਾ ਭਾਖੜਾ ਨੰਗਲ ਪ੍ਰੋਜੈਕਟ ਦਾ, ਉਹ DC ਨੂੰ SDM ਨੂੰ ਲੈਟਰ ਲਿਖਦਾ ਬਾਰ ਬਾਰ ਕਿ ਅਲੋਟਮੈਂਟ ਕੈਂਸਲ ਕਰੋ, ਗਲਤ ਹੋ ਗਈ ਹੈ। ਤਾਂ ਉਹਦਾ ਫਾਈਨਲ ਜਿਹੜਾ ਆਰਡਰ ਹੈ SDM ਦਾ, ਉਹ 2009 ਦੇ ਵਿੱਚ ਆਉਂਦਾ ਕਿ ਇਹ ਪ੍ਰੋਪਰਟੀ ਜਿਹੜੀ ਹੈ ਨਾ ਇਹਨੂੰ ਵੇਚਿਆ ਜਾਵੇ ਨਾ ਇਹਨੂੰ ਖਰੀਦਿਆ ਜਾਵੇ, ਇਹ 'ਤੇ ਪੂਰਨ ਤੌਰ 'ਤੇ ਜਿਹੜਾ ਪ੍ਰਤੀਬੰਧ ਆ, ਅਤੇ ਪ੍ਰੋਪਰਟੀ ਨੂੰ ਕੋਈ ਵੇਚੇ ਖਰੀਦੇ ਉਹਦੀ ਪਰਸਨਲ ਜ਼ਿੰਮੇਵਾਰੀ ਹੋਊਗੀ, ਉਸ ਅਫਸਰ 'ਤੇ ਕਾਰਵਾਈ ਹੋਊਗੀ ਅਤੇ ਅਲੋਟਮੈਂਟ ਨੂੰ ਕੈਂਸਲ ਕੀਤਾ ਜਾਵੇ, ਅਤੇ ਉਹਦੇ ਚੱਲਦੇ ਹੋਏ ਵੀ ਇਹ ਵੇਚ ਗਏ। ਇਸ ਤੋਂ ਬਾਅਦ ਕਹਾਣੀ 'ਤੇ ਸਾਨੂੰ ਸਮਝ ਆ ਗਈ ਕਿ ਕਹਾਣੀ ਕੀ ਚੱਲ ਰਹੀ ਹੈ। ਹੁਣ ਤੁਸੀਂ ਕਿੰਨੀ ਦੇਰ ਤੋਂ ਲੜਾਈ ਲੜ ਰਹੇ? ਦੇਖੋ ਜੀ, ਇਹ ਅਸੀਂ ਮਈ ਦੇ ਵਿੱਚ ਲੈਟਰ ਲਿਖੀ ਸੀਗੀ SDM ਸਾਹਿਬ ਨੂੰ, ਪੰਜਾਬ ਦੇ ਸਰਦਾਰ ਭਗਵੰਤ ਮਾਨ ਜੀ ਨੂੰ ਆ ਰਿਹਾ ਲੈਟਰ। ਇਹ ਜਿਹੜੀ ਅੱਗੇ ਇਸਦੀ ਕਾਪੀ ਸੀਗੀ, ਆਪਾਂ PDF ਬਣਾ ਕੇ ਨਾਲ ਜੁਆਇਨ ਕਰ ਦਾਂਗੇ ਡਿਸਕ੍ਰਿਪਸ਼ਨ 'ਚ। ਇੱਕ ਵਾਰੀ ਮੈਂ ਸਕਰੀਨ 'ਤੇ ਦਿਖਾ ਦੇਣਾ ਚਾਹੁੰਦਾ, ਇਹ ਲੈਟਰ ਹੈ ਸਰਦਾਰ CM ਭਗਵੰਤ ਮਾਨ ਨੂੰ ਲਿਖੀ ਹੋਈ ਹੈ ਇਹਨਾਂ ਨੇ, ਅਤੇ ਵਿੱਚ ਉਹਨਾਂ ਨੂੰ ਬਕਾਇਦਾ ਦੱਸਿਆ ਹੋਇਆ ਕਿ ਦੇਖੋ ਜੀ, ਇਹ ਜਿਹੜਾ ਬੰਦਾ ਹੈ ਨਾ ਸੁਖਪਾਲ ਖਹਿਰਾ, ਇਜ਼ ਅ ਕਿੰਗ ਪਿੰਨ ਆਫ ਲੈਂਡ ਮਾਫੀਆ। ਕਿਉਂ ਕਿੰਗ ਪਿੰਨ ਆ ਉਹਦੇ 'ਚ? ਕਿਉਂਕਿ ਇਹਨਾਂ ਦਾ ਬੰਦੇ ਸਿਰਫ ਇੱਕ ਲੈਂਡ ਦੀ ਡਿਸਕ੍ਰਿਪਸ਼ਨ ਆ, ਇਹ ਹੋਰ ਇੱਦਾਂ ਦੇ ਕਿੰਨੇ ਲੈਂਡ ਆ ਜਿਹੜੇ ਇਹਨਾਂ ਨੇ ਇੱਦਾਂ ਸ਼ੁਰੂਆਤ ਚਿੱਠੀ ਤੋਂ ਜੀ। ਹੁਣ ਅੱਗੋਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਵਿਦ ਟਾਈਮ ਅਸੀਂ ਜਿਹੜੀਆਂ ਇਹ ਜਿਹੜੀਆਂ ਗੱਲਾਂ ਨਾ ਲੋਕਾਂ ਤੱਕ ਲਿਆਉਣੀਆਂ ਬਹੁਤ ਜ਼ਰੂਰੀ, ਸਿਰਫ ਕਾਰਵਾਈ ਦੀ ਨਹੀਂ ਗੱਲ, ਕਾਰਵਾਈ ਤਾਂ ਚਲੋ ਕਈ ਲੋਕਾਂ 'ਤੇ ਡੇਲੀ ਬੇਸਿਸ 'ਤੇ ਹੁਣ ਵੀ ਅਸੀਂ ਇੱਥੇ ਬੈਠੇ ਹਾਂ, ਕਾਰਵਾਈ ਕਈਆਂ 'ਤੇ ਹੁੰਦੀ ਹੋਣੀ, ਪਰ ਕੋਈ ਵੀ ਬੰਦਾ ਗਲਤ ਕੰਮ ਕਰਕੇ ਪਾਕ ਸਾਫ ਸੱਚਾ ਨਹੀਂ ਬਣਦਾ ਜਿੰਨਾ ਇਹ ਬਣਦੇ ਆ। ਤਾਂ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਗੁੰਮਰਾਹ ਕਰਦੇ ਲੋਕਾਂ ਨੂੰ, ਹਰ ਗਲਤ ਕੰਮ ਕਰਦੇ ਦੁਨੀਆ ਦਾ, ਅਤੇ ਲੋਕਾਂ ਮੂਹਰੇ ਜਿੱਦਾਂ NRI ਨੂੰ ਸਪੈਸ਼ਲੀ, ਇਹਨਾਂ ਦਾ ਕੰਸਰਨ ਇਜ਼ ਨੋਟ ਪੀਪਲ ਆਫ ਪੰਜਾਬ, ਬਿਲਕੁਲ ਵੀ ਕੰਸਰਨ ਹੈਗਾ, ਜੋ ਮੁੱਦਾ ਇੱਥੇ ਚੱਕਿਆ ਜਾਂਦਾ ਹੈ ਉਹਦਾ ਮੇਨ ਕੰਸਰਨ ਹੈਗਾ ਬਾਹਰ ਤੱਕ ਪਹੁੰਚਾਉਣਾ। ਹੁਣ ਜੇ ਅਸੀਂ ਮੀਡੀਆ 'ਤੇ ਇਹ ਗੱਲ ਇਹਨਾਂ ਦੀ ਨਹੀਂ ਰੱਖਦੇ ਤਾਂ ਇਹਦੇ 'ਤੇ ਵੀ ਗੁੰਮਰਾਹ ਕਰ ਦੇਣਾ, ਕਿਉਂਕਿ ਜਦੋਂ ਇਹ 'ਤੇ ਕਾਰਵਾਈ ਹੋਈ ਹੋਣੀ ਹੈ ਕਾਰਵਾਈ, ਜੇ ਨਾ ਹੋਈ ਮੈਂ ਕਰਵਾਊਂਗਾ, ਕੋਰਟ ਦੇ ਥਰੂ ਕਰਵਾ ਲਊਂਗਾ, ਕਾਰਵਾਈ ਇਵੈਂਚੁਅਲੀ ਹੋਣੀ ਹੈ। ਕਿਉਂਕਿ ਪਹਿਲਾਂ ਵੀ ਮੈਂ ਕਾਰਵਾਈ ਇਹਨਾਂ ਦੇ ਜਿਹੜਾ ਐਂਟੀ ਡਿਫੈਕਸ਼ਨ ਲਾਅ ਸੀਗਾ, ਇਹਨਾਂ ਨੇ ਜਦੋਂ ਇਹਨਾਂ ਦੀ ਡਿਸਕੁਆਲੀਫਿਕੇਸ਼ਨ ਬਣਦੀ ਸੀ ਤਾਂ ਉਹਦੇ ਵਿੱਚ ਜਿਹੜੀ ਹੈ ਇਹਨਾਂ ਨੇ ਉਸ ਅਸਤੀਫਾ ਮੇਰੀ ਪਟੀਸ਼ਨ ਕਰਕੇ ਇਹਨਾਂ ਨੂੰ ਦੇਣਾ ਪਿਆ, ਅਤੇ ਇਹਦੀ ਵੀ ਆਪਾਂ ਕਾਰਵਾਈ ਕਰਾ ਲੈਣੀ। ਹੁਣ NRIs ਤੱਕ ਮੈਸੇਜ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਜਾਂ ਜ਼ਰੂਰੀ ਹੈ ਕਿਉਂਕਿ ਉਹਨਾਂ ਤੋਂ ਇਹ ਪੈਸੇ ਖਾਂਦੇ ਆ। ਜਦੋਂ ਇਹ ਮੁੱਦਾ ਦੁਬਾਰਾ ਚੱਕਿਆ ਗਿਆ, ਜਦੋਂ ਇਹਨਾਂ ਦੇ ਉੱਤੇ ਕਾਰਵਾਈ ਹੋਈ, ਇਹਨਾਂ ਨੇ ਜਾ ਕੇ ਪੰਜਾਬ ਦੇ ਲੋਕਾਂ ਨੂੰ ਨਹੀਂ ਕਹਿਣਾ ਕਿ ਮੇਰੇ ਨਾਲ ਧੱਕਾ ਹੋ ਗਿਆ, ਇਹਨਾਂ ਨੇ ਬੇਸਿਕਲੀ ਉਹਨਾਂ ਨੂੰ ਸ਼ੋਅ ਕਰਨਾ ਬਾਹਰ ਕਿ NRIs ਨੂੰ ਕਿ ਦੇਖੋ ਜੀ ਮੈਂ ਮੁੱਦੇ ਚੱਕਦਾ ਸੀਗਾ, ਮੇਰੇ ਉੱਤੇ ਇਹਨਾਂ ਨੇ ਜਾਣ ਕੇ ਸਾਜ਼ਿਸ਼ ਦੇ ਤਹਿਤ ਕਾਰਵਾਈ ਕੀਤੀ। ਅਸੀਂ ਤਾਂ ਕਰਕੇ ਲੋਕਾਂ ਮੂਹਰੇ ਤੱਥ ਰੱਖਦੇ ਹਾਂ, ਕਾਗਜ਼ ਵੀ ਤਾਂ ਹੀ ਸਾਹਮਣੇ ਰੱਖ ਰਹੇ ਕਿ ਤੁਸੀਂ ਆਪ ਚੈੱਕ ਕਰ ਲਓ ਕਿ ਅਸੀਂ ਉਹ ਸੱਚਾ ਕਿ ਅਸੀਂ ਸੱਚੇ। ਜਦੋਂ ਉਹਦੇ 'ਤੇ ਕਾਰਵਾਈ ਹੋਈ, ਜਦੋਂ ਸਾਹਮਣੇ ਤੁਹਾਡੇ ਰਹੂਗਾ ਤਾਂ ਯਕੀਨ ਨਾ ਕਰਿਓ, ਕਿਉਂਕਿ ਜਦੋਂ ਰੋਂਦਾ ਹੈ ਨਾ, ਰੋਂਦਾ ਇਸ ਕਰਕੇ ਨਹੀਂ ਕਿ ਉਹਨਾਂ ਮੂਹਰੇ ਕੋਈ ਕਚਹਿਰੀ ਲੱਗੀ ਹੈ, ਰੋਣਾ ਤਾਂ ਆ ਉਹਨਾਂ ਮੂਹਰੇ ਰਹੂਗਾ, ਉਹ ਤਰਸ ਖਾਣਗੇ, ਉਹ ਇਹਨੂੰ ਪੈਸੇ ਭੇਜਣਗੇ। ਸੋ ਮੇਨ ਕੰਸਰਨ ਪੈਸੇ ਆ,
ਪੁੱਛੋ ਜਿੰਨੇ ਵੀ ਮੁੱਦੇ ਪੰਜਾਬ ਦੇ ਚੱਕਦੇ ਪੰਜਾਬ ਲਈ ਨਹੀਂ ਚੱਕਦੇ। ਇਹ ਬੇਸਿਕਲੀ NRIs ਨੂੰ ਇੱਕ ਫੁਟੇਜ ਦਿਖਾਉਣੀ ਹੁੰਦੀ, ਇੱਕ ਵੀਡੀਓ ਦਿਖਾਉਣੀ ਹੁੰਦੀ ਹੈ ਕਿ ਆਹ ਵੇਖੋ ਜੀ ਮੈਂ ਆਹ ਮੁੱਦਾ ਚੱਕਿਆ, ਆਹ ਵੇਖੋ ਜੀ ਮੈਂ ਆਹ ਮੁੱਦਾ ਚੱਕਿਆ। ਅਤੇ ਉਹ ਜਿਹੜੀ ਵੀਡੀਓ ਬਣਦੀ ਉਹ ਵੀਡੀਓ ਬਾਹਰ ਜਾਂਦੀ, ਬਾਹਰ ਇਹਨਾਂ ਦੇ ਬੰਦੇ ਬੈਠੇ ਆ ਜਿਹੜੇ ਪੱਕੇ ਚੰਗੇ ਕਾਰੋਬਾਰੀ ਆ, ਉਹਨਾਂ ਨੂੰ ਕੀ ਹੈ ਉਹਨਾਂ ਦਾ ਸਿਸਟਮ ਇਹਨਾਂ ਦੇ ਨਾਲ ਰਹਿ ਰਲ ਗਈ ਹੈ ਸੁਖਪਾਲ ਖਹਿਰਾ ਨਾਲ। ਉਹ ਕੀ ਕਰਦੇ ਆ, ਉਹ ਜਿਹੜੇ ਨਵੇਂ ਮੁੰਡੇ ਗਏ ਆ ਜਾਂ ਜਿਹੜੇ ਬੰਦੇ ਜਿਹੜੇ ਸਿਆਸਤ ਨਾਲ ਤਾਲੁਕਾਤ ਨਹੀਂ ਰੱਖਦੇ, ਉਹਨਾਂ ਬੰਦਿਆਂ ਨੂੰ ਵੀਡੀਓ ਦਿਖਾਉਂਦੇ ਕਿ ਯਾਰ ਆਹ ਬੰਦਾ ਵੇਖੋ ਕਿੱਡਾ ਚੰਗਾ ਆ, ਇਹ ਤਾਂ ਪੰਜਾਬ ਦਾ ਆਹ ਵੀ ਮੁੱਦਾ ਚੱਕਿਆ, ਇਹਨੇ ਆਹ ਵੀ ਚੱਕਿਆ, ਪਿਛਲੇ ਸਾਲ ਆਹ ਚੱਕਿਆ ਸੀਗਾ, ਆਹ ਗੱਲ ਤਾਂ ਇੱਥੇ ਸਹੀ ਕਰਦਾ। ਅਸੀਂ ਸਾਰਿਆਂ ਨੇ ਸੋਚਿਆ ਆ ਕਿ ਇਹਨੂੰ ਆਪਾਂ ਪੈਸੇ ਭੇਜਣੇ ਆ, ਕਿਉਂਕਿ ਸਰਕਾਰ ਦੱਬਦੀ ਹੁੰਦੀ ਇਹੋ ਜਿਹੇ ਬੰਦਿਆਂ ਨੂੰ, ਆਪਾਂ ਇਹਨਾਂ ਨੂੰ ਪੈਸੇ ਭੇਜੀਏ। ਮੈਂ ਤਾਂ$1500 ਭੇਜਣ ਲੱਗਾ ਹਾਂ, ਅਤੇ ਤੇਰਾ ਵੀ 200 ਭੇਜ ਦੇਵਾਂ, 300 ਭੇਜਦਾ, ਇੱਦਾਂ ਕਰਕੇ ਨਾ ਚੇਨ ਬਣਾ ਲੈਂਦੇ ਪਿਰਾਮਿਡ ਸਕੀਮ ਵਾਂਗੂ, ਵਾਹ ਵਾਹ ਪੈਸੇ ਇਕੱਠੇ ਕਰ ਲੈਣੇ। ਮੰਨ ਲਓ ਕਿ ਇਹਨਾਂ $50,000 ਇਕੱਠਾ ਕਰ ਲਿਆ ਅਮਰੀਕਾ ਦੇ ਵਿੱਚ, ਕਿਸੇ ਇੱਕ ਸ਼ਹਿਰ ਦੇ ਵਿੱਚ, ਛੋਟੇ ਸ਼ਹਿਰ ਦੇ ਵਿੱਚ ਅਮਰੀਕਾ ਦੇ ਕਿਸੇ ਸ਼ਹਿਰ ਦੇ ਵਿੱਚ ਇੱਦਾਂ ਦੇ ਬੰਦੇ ਜਿਹੜੇ $50,000 ਇਕੱਠਾ ਕਰ ਲੈਂਦੇ ਲੋਕਾਂ ਨੂੰ ਗੁੰਮਰਾਹ ਕਰਕੇ। ਤਾਂ ਉਹ ਜਿਹੜਾ $50,000 ਇੱਧਰ ਭੇਜਣ ਤੋਂ ਪਹਿਲਾਂ ਉਹਦੇ ਵਿੱਚ ਉਹਨਾਂ ਨੇ ਆਪਣਾ ਕੱਟ ਰੱਖ ਲਿਆ, ਮੰਨ ਲਓ $10,000 ਉਹਨੇ ਰੱਖ ਲਿਆ, $40,000 ਗਾਂ ਤੋਰ ਦੇਣਾ ਹਵਾਲੇ ਦੇ ਰਾਹੀਂ, ਉਹ ਇੱਦਾਂ ਕੱਟਦੇ ਕੱਟਦੇ ਪੈਸੇ ਇੰਨਾ ਕੁ ਪਹੁੰਚਣ, ਇੱਕ ਸੀਰੀਜ਼ ਬਣੀ ਹੈ, ਹਰ ਬੰਦੇ ਦਾ ਹਿੱਸਾ ਆ। ਤਾਂ ਕੀ ਹੋਇਆ ਕਿ ਸੁਖਪਾਲ ਖਹਿਰੇ ਨੂੰ ਫ੍ਰੀ ਦੇ ਵਰਕਰ ਮਿਲੇ ਹੋਏ ਆ, ਇੱਦਾਂ ਹੀ ਇਹਨਾਂ ਦੀ ਇੱਕ ਫੇਸਬੁੱਕ 'ਤੇ ਟੀਮ ਬੈਠੀ ਹੈ ਜਿਹਦਾ ਕੰਮ ਕੁਛ ਵੀ ਨਹੀਂ, ਉਹਨਾਂ ਨੇ ਘਰੇ ਵਿਹਲੇ ਆ, ਘਰੋਂ ਕੱਢੇ ਹੋਏ ਆ, ਅਨਪੜ੍ਹ ਜੇ ਬੰਦੇ ਆ ਕਈ, ਜਿਨ੍ਹਾਂ ਨੂੰ ਬੇਸਿਕ ਵੀ ਜਿਹੜੀ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਨਹੀਂ ਕੀਤੀ। ਉਹਨਾਂ ਦਾ ਕੰਮ ਕੀ ਹੈ, ਕਿਉਂਕਿ ਉਹ ਬਾਹਰ 'ਤੇ ਜਾ ਨਹੀਂ ਸਕਦੇ, ਕਮਾਈ ਉਹਨਾਂ ਕਰਨੀ ਨਹੀਂ ਕਿਉਂਕਿ ਹੁਣ ਵਿਹਲੀਆਂ ਖਾਣੀਆਂ ਗਿੱਝ ਗਿਆ। ਅਤੇ ਉਹ ਕੀ ਕਰਦੇ, ਉਹਨਾਂ ਨੇ 20-30 ਆਈਡੀਆਂ ਫੇਸਬੁੱਕ ਦੀਆਂ ਬਣਾਈਆਂ, ਉਹਨਾਂ ਦਾ ਕੰਮ ਹੈ ਜਿੱਥੇ ਸੁਖਪਾਲ ਖਹਿਰਾ ਦੇ ਖਿਲਾਫ ਕੋਈ ਬੰਦਾ ਬੋਲੇ ਦੇ ਥੱਲੇ ਕਮੈਂਟ ਗਲਤ ਕਰਨੇ ਜਾਂ ਕੁਛ ਕਹਿ ਦੇਣਾ, ਕਦੀ ਕੁਛ ਕਹਿ ਦੇਣਾ। ਅਤੇ ਦੂਜਾ, ਸੁਖਪਾਲ ਖਹਿਰਾ ਨੂੰ ਪੈਸੇ ਭੇਜਣ ਵਾਲੇ ਕੁਝ NRIs ਦੇ ਨਾਲ ਲਿੰਕ ਰੱਖ ਕੇ ਉਹਨਾਂ ਦੇ ਮੂਹਰੇ ਉਹਨਾਂ ਦੇ ਵੀ ਮਦਈ ਜਿੱਦਾਂ ਬਣ ਜਾਣਾ। ਜਿੱਦਾਂ ਮੰਨ ਕੇ ਚੱਲੋ ਇਹ ਕੋਈ ਬੰਦਾ ਉਹਨਾਂ ਦਾ, ਉਹਨੇ ਫੇਸਬੁੱਕ 'ਤੇ ਕਰੀ ਕਹਿਣਾ ਜੀ ਆਹ ਮੇਰਾ ਫਲਾਣਾ ਬੰਦਾ ਆ, ਇਹਦੀ ਮਾਤਾ ਬਹੁਤ ਬਿਮਾਰ ਆ, ਆਹ ਫਲਾਣਾ ਬੰਦਾ, ਇਹਨਾਂ ਦਾ ਤਾਂ ਲੈਂਟਰ ਨਹੀਂ ਪਿਆ ਇੰਨੇ ਸਾਲਾਂ ਦਾ, ਸਰਕਾਰ ਕੋਈ ਦੇਖ ਨਹੀਂ ਰਹੀ, ਅਤੇ ਅਸੀਂ ਭਰਾਵਾਂ ਨੇ ਸੋਚਿਆ ਕਿ ਅਸੀਂ ਇਕੱਠੇ ਹੋ ਕੇ ਇਹ ਕੰਮ ਕਰਾਉਣਾ, ਅਤੇ ਮੇਰੇ NRI ਵੀਰ ਸਾਰੇ ਮਦਦ ਕਰਨ ਥੋੜ੍ਹੀ ਥੋੜ੍ਹੀ। ਤਾਂ ਉਹਦੇ 'ਚ ਕੀ ਕਰਦੇ, ਪੈਸੇ ਮੰਗਾ ਲੈਂਦੇ ਆ। ਹੁਣ ਜਿਹੜਾ ਹਾਂ ਸਿੱਧਾ ਸਿੱਧਾ ਸਕੈਮ ਹੋ ਰਿਹਾ ਪੈਸੇ ਦਾ, NRIs ਤੋਂ ਜਦੋਂ ਪੈਸੇ ਆਉਂਦੇ ਨਾ, ਉਹ ਕਦੀ ਕੋਈ ਗਿਣਤੀ ਮਿਣਤੀ ਨਹੀਂ। ਹੁਣ ਮੰਨ ਲਓ ਕਿ ਮੈਂ ਹੀ NRI ਹੋਵਾਂ, ਮੈਂ ਉੱਧਰੋਂ ਉਹਨੂੰ $5,000 ਭੇਜਤਾ ਲੈਂਟਰ ਲਈ, ਲੈਂਟਰ 'ਤੇ ਪੈ ਜਾਣਾ 1,000-2,000 'ਚ, ਇੱਕ ਕਈ ਵਾਰੀ ਇੱਕ ਬੰਦੇ 'ਤੇ ਵੀ ਪੈ ਜਾਣਾ, ਹੋ ਸਕਦਾ 5 ਬੰਦਿਆਂ ਤੋਂ, ਪਰ ਭੇਜਣ ਵਾਲੇ 100-ਆਂ 'ਚ ਹੋਣੇ ਆ। ਉਹ ਜਿਹੜੇ ਬਾਕੀ ਪੈਸੇ ਆ ਉਹ ਪੈਸੇ ਖਾ ਜਾਣੇ, ਅਤੇ ਉਹਦੀ ਬਾਅਦ 'ਚ ਵੀਡੀਓ ਬਣਾ ਕੇ ਦੇਖੇ, ਦੇਖੋ ਜੀ ਫਲਾਣੇ ਵੀਰ ਨੇ ਪੈਸੇ ਭੇਜੇ ਸੀ, ਆਹ ਲੈਂਟਰ ਪਾਤਾ ਜੀ, ਬੜਾ ਤੁਹਾਡਾ ਧੰਨਵਾਦ ਆ, ਅਤੇ ਉਹ ਬਾਕੀ ਪੈਸੇ ਵਿੱਚੋਂ ਖਾ ਜਾਣੇ। ਸੋ ਇਹ ਇੱਕ ਫਰੋਡ ਸਕੀਮ ਚੱਲਦੀ, ਅਤੇ ਉਹ ਫ੍ਰੀ ਦੇ ਵਰਕਰ ਬਣੇ ਸੁਖਪਾਲ ਖਹਿਰੇ ਦੇ ਬਿਨਾਂ ਤਨਖਾਹ ਵਾਲੇ, ਕਿਉਂਕਿ ਉਹਨਾਂ ਨੂੰ ਵੀ ਪੈਸੇ ਬਣਦੇ। ਚਲੋ ਆਹ ਤਾਂ ਹੋ ਗਿਆ ਪੰਜਾਬ ਦੀ ਜਨਤਾ ਲਈ ਕਿ ਪੰਜਾਬ ਦੀ ਜਨਤਾ ਨੂੰ ਪਤਾ ਹੈ ਸੁਖਪਾਲ ਖਹਿਰਾ ਕੌਣ ਹੈ। ਹੁਣ ਇੰਡੀਆ 'ਚ ਹੋਰ ਵੀ ਸਟੇਟਾਂ ਨੇ ਲੋਕਾਂ ਨੂੰ ਪਤਾ ਨਹੀਂ, ਇੱਕ ਵਾਰੀ ਮੈਂ ਸਾਨੂੰ ਵੀ ਪਤਾ ਅਸੀਂ ਤੁਹਾਡੇ ਮੂੰਹ ਹੋਰ ਇੱਕ ਸੁਖਪਾਲ ਖਹਿਰਾ ਹੈ ਕੌਣ ਹੈ, ਅਸੀਂ ਇਹ ਸਭ ਤੋਂ ਵੱਡਾ ਸਵਾਲ ਮਿਸ ਕਰਤਾ। ਆਪਾਂ ਪੁੱਛ ਰਹੇ ਕਿ ਉਹਨਾਂ ਦੀ ਪੋਜੀਸ਼ਨਸ ਕਿਹੜੀਆਂ ਕਿਹੜੀਆਂ ਨੇ, ਇੱਕ ਵਾਰ ਜਨਤਾ ਨੂੰ ਦੱਸ। ਦੇਖੋ ਜੀ, ਬੇਸਿਕਲੀ ਇਹ ਬੰਦਾ ਜਿਹੜਾ ਹੈ ਨਾ, ਇਹਨਾਂ ਦਾ ਪੋਲੀਟੀਕਲ ਕਰੀਅਰ, ਮੈਂ ਇਹਨਾਂ ਦੇ ਜਿਹੜੇ ਫਾਦਰ ਸੀਗੇ ਉਹ ਅਕਾਲੀ ਦਲ ਤੋਂ ਬਿਲੋਂਗ ਕਰਦੇ ਸੀਗੇ, DSP ਸੀਗੇ ਪੁਲਿਸ ਦੇ ਵਿੱਚ, ਅਤੇ ਉਹਨਾਂ ਨੂੰ ਨੌਕਰੀ ਛੱਡਣੀ ਪਈ, ਕਿਸੇ ਗਲਤ ਕੰਮ ਕਰਕੇ ਛੱਡਣੀ ਪਈ, ਮਜਬੂਰਨ ਛੱਡਣੀ ਪਈ ਨੌਕਰੀ, ਅਤੇ ਸਿਆਸਤ 'ਚ ਆਏ, ਅਕਾਲੀ ਦਲ ਦੇ ਵਿੱਚ ਆਏ, ਅਕਾਲੀ ਦਲ ਤੋਂ ਵਧੀਆ ਪੁਜੀਸ਼ਨਾਂ 'ਤੇ ਰਹੇ, ਵਧੀਆ ਪਾਵਰ ਹੰਡਾਈ, ਲੋਕਾਂ ਨਾਲ ਕੀਤੇ ਧੱਕੇ, ਕਿਉਂਕਿ ਕਿਉਂ ਧੱਕੇ ਕੀਤੇ ਕਿ ਉਦੋਂ ਉਹ 84 ਵਾਲਾ ਵੇਲਾ ਚੱਲਦਾ ਸੀਗਾ, ਉਦੋਂ ਕੀ ਹੁੰਦਾ ਸੀ, ਮੰਨ ਕੇ ਚੱਲੋ ਕਿ ਇਹਦੇ ਫਾਦਰ ਦੇ ਟਾਈਮ 'ਤੇ ਇੰਨੀ ਪਾਵਰ ਸੀ ਇਹਨਾਂ ਦੇ ਪਰਿਵਾਰ ਕੋਲ ਕਿ ਇਹਨਾਂ ਨੂੰ ਇਹ ਕੋਈ ਬੰਦਾ ਨਾ ਰਾਹ ਤੁਰਿਆ ਜਾਂਦਾ ਪਸੰਦ ਆਵੇ, ਅਤੇ ਇਹਦੇ ਕਹਿਣ ਕਿ ਆ ਸਵੇਰੇ ਦਿਖਣਾ ਨਹੀਂ ਚਾਹੀਦਾ, ਅਤੇ ਉਹ ਨਹੀਂ ਦੇਖਦਾ ਸੀਗਾ। ਕਾਰਨ ਇਹ ਕਿ ਉਹਨੂੰ ਖਾਤੇ 'ਚ ਪਾ ਦੇਣਾ ਕਿ ਵੀ ਐਨਕਾਊਂਟਰ 'ਚ ਮਾਰਿਆ ਗਿਆ, ਫਲਾਣਾ ਕਰਤਾ, ਇੱਦਾਂ ਦੇ ਧੱਕੇ ਬਹੁਤ ਕੀਤੇ। ਫਿਰ ਇਹਦੇ ਫਾਦਰ ਨੇ ਜਿਹੜਾ ਇੱਕ ਖਾਲਿਸਤਾਨ ਦਾ ਮੁੱਦਾ ਆ, ਖਾਲਿਸਤਾਨ ਦਾ ਮੁੱਦਾ ਬੇਸਿਕਲੀ ਪੰਜਾਬ ਦਾ ਇੱਥੇ ਦਾ ਕੰਸੈਪਟ ਨਹੀਂ ਸੀਗਾ, ਕਿਸੇ ਨੇ ਨਹੀਂ ਮੰਗਿਆ ਸੀ, ਪੰਜਾਬ ਆਪਣੇ ਹੱਕ ਮੰਗਦਾ ਸੀਗਾ, ਪਾਣੀ ਦੇ ਹੱਕ ਮੰਗਦਾ ਸੀ। ਇੱਕ ਰਾਜੀਵ ਲੌਂਗੋਵਾਲ ਪੈਕਟ ਸਾਈਨ ਹੋਇਆ ਸੀਗਾ, ਉਹਦੇ ਵਿੱਚ ਉਹ ਮੁੱਦੇ ਸਾਰੇ ਹਾਈਲਾਈਟ ਕੀਤੇ ਹੋਏ ਸੀ ਕਿ ਪੰਜਾਬ ਕੀ ਚਾਹੁੰਦਾ ਹੈ, ਕਿ ਤੁਸੀਂ ਜਦੋਂ ਆਜ਼ਾਦੀ ਮਿਲੀ ਸੀ ਦੇਸ਼ ਨੂੰ ਤਾਂ ਪੰਜਾਬ ਦੇ ਆਹ ਚੀਜ਼ਾਂ ਤੁਸੀਂ ਵਾਅਦੇ ਕੀਤੇ ਸੀ, ਉਹ ਵਾਅਦੇ ਪੂਰੇ ਕਰੋ। ਪਰ ਇਹਦੇ ਫਾਦਰ ਨੇ ਲਿਆ ਕੇ ਵਿੱਚ ਇੱਕ ਨਵਾਂ ਕੰਸੈਪਟ ਵਾੜਿਆ, ਉਹ ਕੰਸੈਪਟ ਵਾੜ ਕੇ ਲੋਕਾਂ ਦੇ ਬੱਚਿਆਂ ਨੂੰ ਬੜੇ ਭੜਕੀਲੇ ਭਾਸ਼ਣ ਦੇ ਕੇ ਉਹਨਾਂ ਨੂੰ ਹਥਿਆਰ ਫੜਵਾਤੇ, ਉਹ ਮਰਨੇ ਲਾਤੇ ਵਿਚਾਰੇ, ਆਪ ਛਾਲ ਮਾਰ ਕੇ ਆਪਣਾ ਮੁੰਡਾ ਬਾਹਰ ਭੇਜੀ ਰੱਖਿਆ, ਜਦੋਂ ਕੋਈ ਮੌਕਾ ਅਜੇ ਸਿਵੇ ਬਲਦੇ ਸੀ ਪੰਜਾਬ ਦੇ ਵਿੱਚ ਬੱਚਿਆਂ ਦੇ, ਅਤੇ ਇਹਨਾਂ ਨੇ ਆਪਣਾ ਮੁੰਡਾ ਜਿਹੜਾ ਆ ਕਾਂਗਰਸ 'ਚ ਸ਼ਾਮਲ ਕਰਾ ਲਿਆ। ਇਹ ਕਾਂਗਰਸ 'ਚ ਉਦੋਂ 1994 ਦੇ ਵਿੱਚ 94 'ਚ ਲੜਿਆ ਆਪਣੀ ਜ਼ਿਲ੍ਹਾ ਪਰਿਸ਼ਦ ਅਕਾਲੀ ਦਲ ਵੱਲੋਂ, ਫਿਰ ਆ ਗਿਆ ਇਹ ਕਾਂਗਰਸ ਦੇ ਵਿੱਚ, 97 'ਚ ਇਲੈਕਸ਼ਨ ਲੜਦਾ ਆ ਕਾਂਗਰਸ ਦੇ, ਉੱਥੋਂ ਇਹਦਾ ਕਰੀਅਰ ਸਟਾਰਟ ਹੁੰਦਾ। ਫਿਰ ਕਾਂਗਰਸ ਨੂੰ ਵੀ ਧੋਖਾ ਦੇ ਦਿੰਦੇ ਆ, ਆਮ ਆਦਮੀ ਪਾਰਟੀ ਚਲ ਜਾਂਦੇ ਆ,
ਹੁਣ ਆਮ ਆਦਮੀ ਪਾਰਟੀ ਦਾ ਇਹ ਦੇਖੋ ਕਿ ਇਸ ਬੰਦੇ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਅਚੀਵਮੈਂਟ ਕੀ ਹੈ ਕਿ ਇਹ ਲੀਡਰ ਆਫ ਆਪੋਜੀਸ਼ਨ ਰਿਹਾ। ਬਾਰ ਬਾਰ ਬੋਲਦਾ ਸਾਬਕਾ ਲੀਡਰ ਆਫ ਆਪੋਜੀਸ਼ਨ, ਸਾਬਕਾ ਲੀਡਰ ਆਫ ਆਪੋਜੀਸ਼ਨ। ਉਹ ਦੇਣ ਆਮ ਆਦਮੀ ਪਾਰਟੀ ਦੀ ਹੈ ਅਤੇ ਹੁਣ ਉਹਨਾਂ ਦੇ ਖਿਲਾਫ ਹੀ ਬੋਲਦਾ, ਉਹਨਾਂ ਨੂੰ ਵੀ ਧੋਖਾ ਦੇ ਲਿਆ, ਫਿਰ ਆਪਣੀ ਪਾਰਟੀ ਬਣਾ ਲਈ, ਆਪਣੀ ਪਾਰਟੀ ਵੀ ਨਹੀਂ ਚੰਗੀ ਲੱਗੀ। ਹੁਣ ਦੇਖੋ ਨਾ ਕਿ ਦੂਜੇ ਪਲੈਟਫਾਰਮ 'ਤੇ ਨਹੀਂ ਚੰਗੇ ਲੱਗਦੇ ਸੀ, ਆਪਣਾ ਪਲੈਟਫਾਰਮ ਵੀ ਨਹੀਂ ਚੰਗਾ ਲੱਗਾ, ਫਿਰ ਦੁਬਾਰਾ ਕਾਂਗਰਸ ਦੇ ਵਿੱਚ ਆ ਗਏ। ਸੋ ਇਹ ਇਹਨਾਂ ਦਾ ਕਿਰਦਾਰ ਆ। ਦੂਜਾ ਹੁਣ ਇਹਨਾਂ ਨੂੰ ਰੀਸੈਂਟਲੀ ਅਜੇ ਕਾਂਗਰਸ ਨੇ ਇੱਕ ਕਿਸਾਨ ਸੈੱਲ ਦੇ ਇਹਨਾਂ ਨੂੰ ਲਾਇਆ ਚੇਅਰਮੈਨ, ਉਹ ਇੰਡੀਆ ਲੈਵਲ ਦੀ ਪੋਸਟ ਆ ਹੈ ਅਤੇ ਇਹਨਾਂ ਨੂੰ ਮਤਲਬ ਪੈਸੀਫਾਈ ਕਰਨ ਲਈ ਦਿੱਤਾ। ਪਰ ਮੈਂ ਕਾਂਗਰਸ ਨੂੰ ਵੀ ਸੁਨੇਹਾ ਦੇਣਾ ਚਾਹੁੰਦਾ ਕਿ ਇੰਨੀ ਬੈਂਕ ਕਰਪਟ ਹੋ ਗਈ ਹੈ ਕਿ ਇੱਕ ਵਾਰੀ ਬੰਦਾ ਤਾਂ ਦੇਖ ਲਓ, ਇਹ ਆਪਣੀ ਇੰਟਰਵਿਊ 'ਚ ਕਹਿ ਰਿਹਾ ਹੈ ਕਿ ਮੈਂ ਫੇਲ ਕਿਸਾਨ ਹਾਂ ਅਤੇ ਉਹਨੂੰ ਕਿਸਾਨਾਂ ਦਾ ਚੇਅਰਮੈਨ ਲਾਤਾ ਇੰਡੀਆ ਦਾ, ਅਤੇ ਕਿਸਾਨੀ ਦਾ ਤਾਂ ਬੱਲੇ ਬੱਲੇ ਹੋ ਗਈ ਫਿਰ ਇਸ ਹਿਸਾਬ ਨਾਲ। ਸੋ ਇਹ ਇੱਦਾਂ ਦੇ ਬੰਦੇ, ਇਹ ਕਿਰਦਾਰ ਦੇ ਬੰਦੇ ਆ। ਹਾਲ ਹੀ 'ਚ ਸੁਖਪਾਲ ਖਹਿਰਾ ਜੀ ਸੁਰਖੀਆਂ 'ਚ ਆਏ ਇੱਕ ਟਵੀਟ ਦੇ ਕਾਰਨ, ਹਜੇ ਰੀਸੈਂਟਲੀ ਕੱਲ੍ਹ ਪਰਸੋਂ ਦੀ ਗੱਲ ਹੈ ਕਿ ਉਹਨਾਂ ਨੇ ਆਮ ਆਦਮੀ ਦਾ ਟਵੀਟ ਕੀਤਾ। ਅਤੇ ਹੁਣ ਸਾਨੂੰ ਤੁਸੀਂ ਤਿੰਨ ਚਾਰ ਚੀਜ਼ਾਂ ਦੱਸਤੀਆਂ, ਇੱਕ ਪੈਸੇ ਵਾਲਾ ਸਕੈਮ ਦੱਸਤਾ, ਦੂਜਾ ਤੁਸੀਂ ਆਪਣਾ ਦੱਸਤਾ ਕਿ ਜ਼ਮੀਨ ਵਾਲਾ ਸਕੈਮ ਕੀ ਚੱਲਿਆ, ਅਤੇ ਇਸ ਤੋਂ ਬਾਅਦ ਹੁਣ ਦੱਸਣਾ ਕਿ ਪ੍ਰੋਗਰੈਸ ਕੀ ਚੱਲ ਰਹੀ ਹੈ, ਵਿਜੀਲੈਂਸ ਦੇ ਆ ਰਹਾ ਅਤੇ ਸਰਕਾਰ ਕੀ ਕਰ ਰਹੀ ਹੈ, ਤੁਸੀਂ ਕੀ ਕਰ ਰਹੇ ਹੋ ਇਹ 'ਚ ਅੱਗੇ ਹੋਰ ਕੀ ਹੈ? ਦੇਖੋ ਜੀ, ਪਹਿਲਾਂ ਤੁਸੀਂ ਇੱਕ ਤਾਂ ਟਵੀਟ ਦੀ ਗੱਲ ਕੀਤੀ, ਉਹ ਟਵੀਟ ਕੀ ਸੀ? ਬੇਸਿਕਲੀ ਇੱਕ ਨਿਊਯਾਰਕ ਟਾਈਮਸ ਦੇ ਵਿੱਚ ਨਾ ਇੱਕ ਐਡੀਸ਼ਨ ਲੱਗਾ ਸੀਗਾ, ਆਰਟੀਕਲ ਲੱਗਾ ਸੀਗਾ ਦਿੱਲੀ ਸਰਕਾਰ ਦੇ ਐਜੂਕੇਸ਼ਨ ਮਾਡਲ ਬਾਰੇ, ਠੀਕ ਹੈ ਜੀ? ਉਹ ਇੰਟਰਨੈਸ਼ਨਲ ਐਡੀਸ਼ਨ ਸੀ। ਹੁਣ ਇਹ ਕੀ ਹੁੰਦਾ ਹੈ, ਕਈ ਵਾਰੀ ਪੁੱਛਦੇ ਨਾ ਸਿਆਸੀ ਕਿਹੜ ਕੱਢਣੀ, ਇਹਨੂੰ ਕਹਿੰਦੇ ਸਿਆਸੀ ਕਿਹੜ ਕੱਢਣੀ, ਕਿ ਇੰਨੇ ਡੈਸਪਰੇਟ ਹੋ ਗਏ ਆ, ਇੰਨੀ ਨਫ਼ਰਤ ਹੈ ਇਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਕਿ ਸਰਕਾਰ ਬਣ ਗਈ, ਇਹਨਾਂ ਕੋਲ ਜਾਰੀ ਨਹੀਂ ਹੁੰਦਾ। ਇਹਨਾਂ ਨੇ ਦੇਖਿਆ ਨਹੀਂ ਆਸਾ ਨਾ ਪਾਸਾ, ਇਹਨਾਂ ਨੇ ਕੀ ਕੀਤਾ, ਟਵੀਟ ਕਰਤਾ ਕਿ ਆਹ ਜਿਹੜੀ ਫੋਟੋ ਆ ਜਿਹੜੀ ਇਹਨਾਂ ਨੇ ਪਾਈ ਆਮ ਆਦਮੀ ਪਾਰਟੀ 'ਚ ਸ਼ੇਅਰ ਹੋ ਰਹੀ ਹੈ ਕਿ ਜਿਹੜੀ ਉਹਨਾਂ ਦੀ ਸਿਫਤ ਹੋਈ ਇੰਟਰਨੈਸ਼ਨਲ ਲੈਵਲ 'ਤੇ, ਝੂਠੀ ਹੈ, ਇਹ ਫੋਟੋਸ਼ਾਪ ਕੀਤੀ ਹੈ। ਹੁਣ ਇਹਨਾਂ ਨੂੰ ਵਹਿਮ ਕੀ ਹੋ ਗਿਆ, ਇੱਕ ਹੁੰਦਾ ਲੋਕਲ ਐਡੀਸ਼ਨ, ਇੱਕ ਹੁੰਦਾ ਇੰਟਰਨੈਸ਼ਨਲ ਐਡੀਸ਼ਨ। ਉਹਨਾਂ ਇੰਟਰਨੈਸ਼ਨਲ ਐਡੀਸ਼ਨ ਇਹਨਾਂ ਲੋਕਲ ਐਡੀਸ਼ਨ ਦੀ ਫੋਟੋ ਪਾ ਕੇ ਫੇਕ ਨਿਊਜ਼ ਬਣਾ ਕੇ ਆਪਣੇ ਟਵਿੱਟਰ ਹੈਂਡਲ ਤੋਂ ਪਾਤੀ। ਇਹਨਾਂ ਦੇ ਮੇਰੇ ਖਿਆਲ 80,000 ਫੋਲੋਵਰ ਆ। ਹੁਣ ਇਹ ਦੇਖੋ ਕਿ ਜਦੋਂ ਕੋਈ ਅੱਗੋਂ ਜਵਾਬ ਵੀ ਦਿੰਦਾ ਤਾਂ ਟਾਰਗੇਟ ਆਡੀਅੰਸ ਉਹ ਨਹੀਂ ਰਹਿੰਦੀ। ਹੁਣ ਕਈ ਬੰਦਿਆਂ ਦੇ ਮਨ ਦੇ ਵਿੱਚ ਇਹ ਓਪੀਨੀਅਨ ਰਹਿਣਾ ਕਿ ਆਮ ਆਦਮੀ ਪਾਰਟੀ ਝੂਠੀਆਂ ਖਬਰਾਂ ਲਵਾਉਂਦੇ, ਸੋ ਇਹ ਮਿਸਗਾਈਡ ਕਰਦੇ ਇੱਕ ਚੀਜ਼। ਹੁਣ ਦੂਸਰਾ ਤੁਸੀਂ ਸਵਾਲ ਪੁੱਛਿਆ ਸੀ ਕਾਰਵਾਈ ਕਿੱਥੇ ਤੱਕ ਪਹੁੰਚੀ। ਕਾਰਵਾਈ ਇੱਦਾਂ ਜੀ, ਅਸੀਂ ਚਿੱਠੀ ਲਿਖੀ, ਇਹ ਵਿਜੀਲੈਂਸ ਦੇ ਕੋਲ ਮਾਰਕ ਹੋਈ। ਅਸੀਂ ਕਿਉਂਕਿ ਸੈਂਟਰ ਗੌਰਮੈਂਟ ਦੀ ਜ਼ਮੀਨ ਆ, ਇਹਦੇ 'ਚ ਕਈ ਵਾਰੀ ਮੈਨੂੰ ਕਈ ਬੰਦੇ ਕਹਿ ਦਿੰਦੇ ਪੰਚਾਇਤ ਮੰਤਰੀ ਜਾ ਕੇ ਖਾਲੀ ਕਰਾ ਦੇਣ। ਪੰਚਾਇਤ ਮੰਤਰੀ ਜੀ ਦਾ ਡੋਮੇਨ ਹੀ ਨਹੀਂਗਾ, ਇਹ ਡੋਮੇਨ ਹੈਗਾ ਵਿਜੀਲੈਂਸ ਦਾ, ਕਿਉਂਕਿ ਉੱਥੇ ਜਿਹੜੀ ਕਰਪਸ਼ਨ ਹੋਈ ਹੈ, ਜਿਹੜਾ ਫਰੋਡ ਹੋਇਆ, ਉਹ ਜਿਹੜੇ ਅਫਸਰਾਂ ਦੇ ਨਾਲ ਮਿਲੀ ਭੁਗਤ ਦੇ ਨਾਲ ਹੋਇਆ। ਹੁਣ ਉਹ ਵਿਜੀਲੈਂਸ ਦੇਖੂਗੀ ਕਿ ਕਿਹੜੇ ਬੰਦੇ ਨੇ ਕਿੱਦਾਂ ਕਿੱਦਾਂ ਕੀਤਾ, ਅਤੇ ਇਹ ਵੀ ਵਿਜੀਲੈਂਸ ਦੇ ਦਾਇਰੇ ਦੇ ਵਿੱਚ ਆਉਂਦੇ ਆ ਅਤੇ ਆਪ ਹੀ ਠੁੱਕ ਜਾਣਗੇ। ਅੱਛਾ, ਅਤੇ ਮੇਰਾ ਇੱਕ ਹੋਰ ਆਖਰੀ ਸਵਾਲ ਕਹਿੰਦਾ ਮੈਂ ਤੁਹਾਨੂੰ ਕਿ ਤੁਸੀਂ ਮੀਡੀਆ ਦੇ ਮਾਧਿਅਮ ਤੋਂ ਮੀਡੀਆ 'ਚ ਹੀ ਕਿਉਂ ਆ ਰਹੇ, ਤੁਸੀਂ ਮੀਡੀਆ ਦੇ ਮਾਧਿਅਮ ਨਾਲ ਕੀ ਚਾਹੁੰਦੇ ਹੋ, ਤੁਸੀਂ ਜਨਤਾ ਤੱਕ ਆਵਾਜ਼ ਪਹੁੰਚਾਉਣਾ ਹੈ, ਤੁਹਾਡਾ ਕੁਝ ਹੋਰ ਮਕਸਦ? ਮੇਨ ਕੰਸਰਨ ਹੀ ਹੈ ਜੀ, ਦੇਖੋ ਕੀ ਹੁੰਦਾ, ਦੋ ਕਚਹਿਰੀ ਹੁੰਦੀ, ਇੱਕ ਤਾਂ ਹੁੰਦੀ ਜਿਹੜਾ ਕੋਰਟ ਕਚਹਿਰੀ ਜਿੱਥੇ ਆਪਾਂ ਜਾਂਦੇ, ਇੱਕ ਹੁੰਦਾ ਲੋਕ ਕਚਹਿਰੀ। ਅਤੇ ਇਹ ਕੀ ਹੁੰਦਾ ਆ, ਇਹ ਜਦੋਂ ਕਾਨੂੰਨੀ ਫਸ ਜਾਂਦੇ ਆ ਨਾ, ਇਹਨਾਂ ਨੂੰ ਪਹਿਲਾਂ ਪਤਾ, ਬੜਾ ਇਸ ਗੱਲੋਂ ਬੜੇ ਸ਼ਾਰਪ ਆ, ਇਸ ਗੱਲੋਂ ਪਤਾ ਉਹਨਾਂ ਨੂੰ, ਪਤਾ ਮੈਂ ਫਸ ਜਾਣਾ, ਉਹਨਾਂ ਨੇ ਪਹਿਲਾਂ ਹੀ ਆਪਣੇ ਦੁੱਖੜੇ ਜਿਹੜੀ ਜਨਤਾ ਦੀ ਕਚਹਿਰੀ ਦੇ ਵਿੱਚ ਸੱਚੇ ਹੋਣ ਲਈ ਪਹਿਲਾਂ ਹੀ ਗਰਾਊਂਡ ਬੰਨਣੀ 'ਚ ਤਿਆਰ ਕਰ ਦੇਣਾ। ਹੁਣ ਜਿੱਦਾਂ ਇਹਨਾਂ ਨੂੰ ਪਤਾ ਕਿ ਇਹਨਾਂ ਨੇ ਇਹਦੇ 'ਚ ਫਸਣਾ, ਹੁਣ ਇਹ ਕੀ ਕਰਨਗੇ, ਆਸੇ ਪਾਸੇ ਜਿੰਨੇ ਬੰਦੇ ਹੋਣਗੇ ਉਹਨਾਂ ਬੰਦਿਆਂ ਦੇ ਪੜਤਾਲਾਂ, ਇਹਦਾ ਲੱਭ, ਇਹਦਾ ਲੱਭ, ਇਹਦਾ ਲੱਭ, ਇਹਦਾ ਲੱਭ, ਉਹ ਲੱਭ ਲੱਭ ਕੇ ਇਹਨੇ ਇੱਕ ਇਨਵਾਇਰਮੈਂਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਨੀ ਕਿ ਮੈਂ ਇਕੱਲਾ ਨਹੀਂ ਜੀ, ਇਹਨਾਂ ਦਾ ਆ ਆ। ਹੁਣ ਜਦੋਂ ਇਹਨਾਂ ਨੇ ਫਸਣਾ, ਜਦੋਂ ਸਭ ਤੋਂ ਪਹਿਲੀ ਗੱਲ ਆ, ਆ ਜਿਹੜਾ ਮਾਈਕ ਆ ਨਾ, ਇਹ ਮਾਈਕ ਜਦੋਂ ਉਹਨਾਂ ਦੇ ਤੁਸੀਂ ਸਾਹਮਣੇ ਲੈ ਕੇ ਜਾਓਗੇ, ਤਾਂ ਜਦੋਂ ਤੁਸੀਂ ਉਹਨਾਂ ਨੂੰ ਸਵਾਲ ਪੁੱਛਣਾ ਕਿ ਤੁਹਾਡੀ ਇਹ ਜ਼ਮੀਨ ਹੈ, ਉਹਨਾਂ ਇਹ ਥੋੜ੍ਹਾ ਕਹਿਣਾ ਹੈ ਕਿ ਉਹਦਾ ਜਵਾਬ ਨਹੀਂ ਦੇਣਾ, ਉਹਨਾਂ ਕਹਿਣਾ ਜੀ ਉਹ ਫਲਾਣੇ ਨੇ, ਉਹਨੇ ਵੀ ਦੱਬੀ ਹੈ, ਉਹਨੇ ਦੱਬੀ ਹੈ, ਇਹ ਮੈਨੂੰ ਟਾਰਗੇਟ ਕਰਦੇ ਆ, ਫਲਾਣਾ ਕਰਦੇ ਆ। ਉਹਨਾਂ ਕਹਿ ਕੇ ਮਿੱਤਰਾ ਕਰਦੇ ਆ, ਉਹਨਾਂ ਦਾ ਜਵਾਬ ਉਹਨਾਂ ਤੋਂ ਲਵਾਂਗੇ, ਤੂੰ ਆਪਣਾ ਜਵਾਬ ਦੇ, ਇਹਦੇ ਬਾਰੇ ਦੱਸ ਕਿ ਇਹ ਕਿੱਦਾਂ ਕੀਤਾ, ਅਤੇ ਜੇ ਤੂੰ ਗਲਤ ਹੈ ਤਾਂ ਮੰਨ ਲੈ ਬੰਦਿਆਂ ਵਾਂਗੂ, ਨਹੀਂ ਤਾਂ ਬਾਕੀ ਤਾਂ ਉਹਨਾਂ ਮਨਾ ਹੀ ਲੈਣਾ ਆ ਦੂਜੇ ਤਰੀਕੇ। ਮੇਰਾ ਇੱਕ ਹੋਰ ਸਵਾਲ ਆ ਤੁਹਾਡੇ ਤੋਂ, ਇੱਕ ਇੰਨਾ ਪਾਵਰਫੁਲ ਬੰਦਾ ਜਿਹੜਾ ਇੰਨੀ ਵਾਰੀ ਇਲੈਕਸ਼ਨ ਲੜਿਆ, ਕਾਫੀ ਸਾਰੀ ਪਾਰਟੀਆਂ ਨਾਲ ਸੰਬੰਧ ਰੱਖਦਾ, ਤੁਹਾਨੂੰ ਕੋਈ ਖੌਫ ਨਹੀਂ, ਕੋਈ ਡਰ ਨਹੀਂ ਉਹਨਾਂ ਦੇ ਖਿਲਾਫ ਇੰਨਾ ਸਭ ਕੁਝ ਕਹਿੰਦੇ? ਦੇਖੋ ਜੀ, ਗੱਲ ਇਹ ਨਾ ਕਿ ਇਹਨਾਂ ਨੂੰ ਖੁਦ ਵੀ ਪਤਾ ਹੋਣਾ ਚਾਹੀਦਾ ਆ ਕਿ ਇਹਨਾਂ ਨੇ ਅਸਲ 'ਚ ਕੀ ਹੈ ਕਿ ਆਪਣੇ ਫਾਦਰ ਦੇ ਸਮੇਂ ਦੇ ਵਿੱਚ ਇਹਨਾਂ ਨੇ ਦੇਖਿਆ ਕਿ ਜਿਹਦਾ ਜੀ ਕੀਤਾ ਉਹਨੂੰ ਮਰਾਤਾ, ਜਿਹਨੂੰ ਪਾਸੇ ਲਾਤਾ, ਕਿਸੇ ਖਾਤੇ 'ਚ ਪਾਤਾ, ਹੁਣ ਉਹ ਸਮਾਂ ਨਹੀਂ। ਹੁਣ ਮੈਂ ਚਾਹੁੰਦਾ ਕਿ ਲੋਕਾਂ ਤੱਕ ਗੱਲ ਪਹੁੰਚੇ, ਨਾਲੇ ਡਰਨ ਵਾਲੀ ਜਿਹੜੀ ਗੱਲ ਆ, ਇਹਨਾਂ ਨੇ ਆਪਣੀ ਕੋਸ਼ਿਸ਼ਾਂ ਕਰਦੇ ਰਹਿੰਦੇ ਆ। ਸਾਨੂੰ ਜਦੋਂ ਆਪਾਂ ਪੀ ਸੀ ਕੀਤੀ ਸੀਗੀ ਮੇ ਦੇ ਵਿੱਚ, ਤਾਂ ਇਹਨਾਂ ਨੇ ਆਪਣੇ ਜਿਹੜੇ ਇਹਨਾਂ ਦੇ ਕਰਿੰਦੇ ਹੋਣਗੇ, ਇਹਨਾਂ ਦੇ ਬੰਦੇ ਹੋਣਗੇ, ਜਿਹਨਾਂ ਦੇ ਪੈਸੇ ਪੂਸੇ ਡੱਕੇ ਜਾਂਦੇ, ਉਹਨਾਂ ਤੋਂ ਸਾਨੂੰ ਧਮਕੀਆਂ ਦਵਾਈਆਂ। ਪਹਿਲਾਂ 26 ਅਪ੍ਰੈਲ ਨੂੰ ਪਹਿਲੀ ਧਮਕੀ ਆਉਂਦੀ ਹੈ ਕਿ ਤੁਹਾਨੂੰ ਸੌਦਾ ਲਾਉਣਾ, ਤੁਸੀਂ ਬੜੇ ਮੱਛਰੇ ਆ, ਇੱਦਾਂ ਦੀਆਂ ਗੱਲਾਂ। ਫਿਰ ਉਹ
अपनी केड़ कड़न लिए उदे च तुसी शब्द सुन सकते जिहड़े कहिंदे कि जदों ये पब्लिक च आवे मेरे फादर बारे कह रहे आ कि इहनूं लम्मा पा लिओ ते उस तो बाद 10 जून नूं फिर दुबारा धमकी आउंदी है। तो मैं इहनां नूं कहिंदा जिहड़े सोधे सूधे लाउणे इहनां सोधे वाले वेले गए नंघ ते हुण जे लाया ते अपना आप दा ख्याल करे एक चीज़। दूजा ये आ कि इन्ना को जदों पावर सीगी क्योंकि ये जदों पिछली सरकार दे दौरान ना कांग्रेस दे वेले ये उधरों छाल मार के कांग्रेस आए थे 6 महीने इन्हें सब तो पहला आंदियाँ कोई भले का काम किया ना किया सब तो पहली साढ़े ते रीड कराई तो उसका इन्हों का मैं थैंक यू करना चाहना हाँ कि वो रीड हुण रिकॉर्ड दे विच रहूगी। तो एक कल नूं ये भी नहीं कहण जोगे क्योंकि हुण कल दी मैं इन्हां दी देखदा सीगा कोई दसदा कि मनीष सिसोदिया जी ते रीड हुई तो ये ना बड़ा अपने आप नूं नाल रिलेट करके दे रहा मेरे ते हुई सी हुण तुहानूं पता लगा फलाणा मैं इहदे हक च नहीं। जे तूं हक च नहीं वीर तो तू फिर रेड दूजे ते भी तू ही तो करवाउंदा रहा तो थैंक यू साडा रजिस्टर मेनटेन हो गया। अदरवाइज़ की हुंदा ना सानूं रजिस्टर जाके दिखाउणा पैंदा उहनां नूं क्या काम कीते हुण उह आप चल के इहदे कहण ते साडा चैक करन आए ते ओके लिख के चल गए। थैंक यू इहदा। चलो ये तो असी एक हूँ अगली गल करना जी ट्वीट इन्होंने की सी कि जो फोटोशॉप है ये आता इंडिया टूडे है ग्रुप उन्होंने स्पैशली जरा न्यूयॉर्क टाइम अप्रोच किया बारे यदि असलीयत जानने लिए उन्होंने वेरीफाई किया उन्होंने दसिया कि जो असी रिपोर्ट छापी है असी ग्राउंड तो रिपोर्ट लई है दिस इज़ नॉट पेड दिस इज़ नॉट फेक ये बिल्कुल सही न्यूज़ है जो भी है तो भी इन्होंने मूँह तो एक तरीके का तमाचा से। चलो ट्रू स्कूप की टीम ना जुड़ने बहुत बहुत धन्यवाद ते असी सारे डॉक्यूमेंट्स जिहड़े जरूरी ने जिहड़े जनता तक पहुँचते चाहिए ने और आपां डिस्क्रिप्शन च दे दांगे तुहाडे नाल शेयर जरूर करांगे ते मिलते हैं अगले एपीसोड।